ਬਹੁਤ ਸਾਰੇ ਬੱਚੇ ਪੰਜਾਬੀ ਲਿਟਰੇਚਰ ਕਰਨਾ ਚਾਹੁੰਦੇ ਹੁੰਦੇ ਆ ਪਰ ਉਹਨਾਂ ਦੇ ਮਨ 'ਚ ਇੱਕ ਡਾਊਟ ਹੁੰਦਾ ਹੈ ਤੇ ਉਸੇ ਡਾਊਟ ਕਰਕੇ ਉਹ ਨੈਕਸਟ ਸਟੈਪ ਵੀ ਨਹੀਂ ਲੈਂਦੇ ਕਿ ਅਸੀਂ ਇੰਸਟੀਚਿਊਟ ਦੇ ਵਿੱਚ ਕਾਲ ਕਰੀਏ ਥੋੜਾ ਜਿਹਾ ਐਕਸਪਲੋਰ ਕਰੀਏ ਇਹਨੂੰ ਬੇਸਿਕਲੀ ਉਹਨਾਂ ਨੂੰ ਡਾਊਟ ਕੀ ਹੁੰਦਾ ਹੈ ਕਿ ਉਹਨਾਂ ਨੇ ਪੰਜਾਬੀ ਜਿਹੜੀ ਭਾਸ਼ਾ ਹੈਗੀ ਉਹ ਛੱਡਿਆ ਕਾਫੀ ਟਾਈਮ ਹੋ ਗਿਆ ਹੁੰਦਾ ਜਾਂ ਉਹਦੇ 'ਚ ਉਹਨਾਂ ਦੀ ਸਪੈਲਿੰਗ ਮਿਸਟੇਕਸ ਹੋ ਰਹੀਆਂ ਹੁੰਦੀਆਂ ਜਾਂ ਉਹਦੇ 'ਚ ਉਹਨਾਂ ਦੀ ਫਲੂਐਂਸੀ ਨਹੀਂ ਹੁੰਦੀ ਤਾਂ ਇਦਾਂ ਦੀਆਂ ਪ੍ਰੋਬਲਮਸ ਅਕਸਰ ਹੁੰਦੀਆਂ ਨੇ ਇਸ਼ੂਸ ਠੀਕ ਹੈ ਇਦੇ ਵਾਸਤੇ ਜਿਹੜੇ ਬੱਚੇ ਸਾਨੂੰ ਕਾਲ ਕਰਦੇ ਆ ਅਸੀਂ ਅਕਸਰ ਉਹਨਾਂ ਨੂੰ ਇਹ ਕਹਿੰਨੇ ਆ ਜਿੱਥੇ ਜ਼ਿਆਦਾ ਸਾਨੂੰ ਕਿਤੇ ਡਾਊਟ ਲੱਗੇ ਕਿ ਕੀ ਬੱਚਾ ਉਹਦੇ ਵਿੱਚ ਇੱਕ ਪੰਜਾਬੀ ਪੜਨ ਦੇ ਵਿੱਚ ਜਾਂ ਲਿਖਣ ਦੇ ਵਿੱਚ ਫਲੂਐਂਸੀ ਉਹਦੀ ਆ ਵੀ ਸਕਦੀ ਹੈ ਉਹਦੀ ਸਪੀਡ ਕੀ ਬਣ ਵੀ ਸਕਦੀ ਹੈ ਤਾਂ ਉੱਥੇ ਅਸੀਂ ਬੱਚੇ ਨੂੰ ਸੁਜੈਸਟ ਕਰਦੇ ਹੁੰਨੇ ਆ ਕੁਝ ਕ ਐਕਟੀਵਿਟੀਜ਼ ਛੋਟੀਆਂ-ਛੋਟੀਆਂ ਜਿਹੜੀਆਂ ਕਿ 10 ਮਿੰਟ ਦੀਆਂ ਹੁੰਦੀਆਂ ਤਾਂ ਉਹਦੇ ਨਾਲ ਅਸੀਂ ਇੱਕ ਸਿਟਿੰਗ ਇਦਾਂ ਦੀ ਲਗਾ ਲੈਨੇ ਆ ਜਿੱਥੋਂ ਸਾਨੂੰ ਕਲੀਅਰ ਹੋ ਜਾਂਦਾ ਕਿ ਉਹ ਬੱਚਾ ਪੰਜਾਬੀ ਲਿਟਰੇਚਰ ਦੇ ਵਿੱਚ ਵਧੀਆ ਉਹ ਪਰਫਾਰਮ ਕਰ ਸਕੇਗਾ ਜਾਂ ਨਹੀਂ ਉਹਦੇ ਮੁਤਾਬਕ ਅਸੀਂ ਬੱਚੇ ਨੂੰ ਗਾਈਡ ਕਰ ਦਿੰਨੇ ਆ ਜੇਕਰ ਤੁਹਾਨੂੰ ਵੀ ਇਦਾਂ ਦਾ ਪੰਜਾਬੀ ਲਿਟਰੇਚਰ ਦੇ ਸੰਬੰਧ ਦੇ ਵਿੱਚ ਤੁਹਾਨੂੰ ਇਦਾਂ ਮਹਿਸੂਸ ਹੁੰਦਾ ਹੈ ਕਿ ਤੁਸੀਂ ਪੰਜਾਬੀ ਲਿਟਰੇਚਰ ਲੈਣਾ ਚਾਹੁੰਦੇ ਹੋ ਪਰ ਇਦਾਂ ਦੇ ਇਸ਼ੂਜ਼ ਆ ਰਹੇ ਹੈ ਤਾਂ ਤੁਸੀਂ ਇੱਕ ਵਾਰੀ ਸਾਨੂੰ ਕਾਲ ਜ਼ਰੂਰ ਕਰੋ ਪਲੀਜ਼ ਸਾਡੀ ਟੀਮ ਨੂੰ ਉਹ ਤੁਹਾਨੂੰ ਬੈਸਟ ਗਾਈਡ ਕਰਨਗੇ ਜੇ ਵਾਕਿਆ ਹੀ ਹੋਏ ਆ ਕਿ ਤੁਸੀਂ ਪੰਜਾਬੀ ਲਿਟਰੇਚਰ ਕਰ ਸਕਦੇ ਹੋ ਤੁਹਾਡੀ ਫਲੂਐਂਸੀ ਤੁਹਾਡੇ ਸਪੈਲਿੰਗ ਮਿਸਟੇਕਸ ਤੁਹਾਡੀ ਪੰਜਾਬੀ ਤੇ ਅੱਛੀ ਪਕੜ ਹੈਗੀ ਹੈ ਤਾਂ ਅਸੀਂ ਤੁਹਾਨੂੰ ਸੁਜੈਸਟ ਕਰਾਂਗੇ ਕਿ ਤੁਸੀਂ ਪੰਜਾਬੀ ਲਿਟਰੇਚਰ ਲਓ ਅਦਰਵਾਈਜ਼ ਅਸੀਂ ਬੱਚਿਆਂ ਨੂੰ ਇਹ ਵੀ ਹੈਲਪ ਕਰਦੇ ਆ ਕਿ ਤੁਸੀਂ ਕੋਈ ਹੋਰ ਆਪਸ਼ਨਲ ਰੱਖੋ ਕਿਉਂਕਿ ਤੁਹਾਡਾ ਮੇਨ ਟਾਰਗੇਟ ਹੈ ਯੂਪੀਐਸਸੀ ਨੂੰ ਕਲੀਅਰ ਕਰਨਾ ਉਹਦੇ ਵਿੱਚ ਵੀ ਅਸੀਂ ਬੱਚਿਆਂ ਨੂੰ ਅਸਿਸਟ ਕਰ ਦਿੰਦੇ ਆ ਕਿ ਤੁਹਾਨੂੰ ਕਿਹੜਾ ਆਪਸ਼ਨਲ ਸਬਜੈਕਟ ਫਿਰ ਲੈਣਾ ਚਾਹੀਦਾ ਸੋ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਧਿਆਨ 'ਚ ਜਰੂਰ ਰੱਖੋ ਔਰ ਕਿਸੇ ਵੀ ਹੈਜ਼ਿਟੇਸ਼ਨ ਤੋਂ ਬਿ ਨਾਲ ਕੰਟੈਕਟ ਕਰ ਸਕਦੇ ਹੋ ਮੈਨੂੰ ਵੀ ਕਾਲ ਕਰ ਸਕਦੇ ਹੋ ਆਪਾਂ ਹਮੇਸ਼ਾ ਇਸੇ ਕੰਮ ਵਾਸਤੇ ਤੁਹਾਡੇ ਨਾਲ ਹੈਗੇ ਆ ਕਿ ਤੁਹਾਨੂੰ ਅਸੀਂ ਬੈਸਟ ਗਾਈਡ ਕਰੀਏ ਸੋ ਥੈਂਕ ਯੂ ਵੈਰੀ ਮਚ ਆਲ دی ਵੈਰੀ ਬੈਸਟ